ਕਰੰਟ ਲੱਗਣ ਦੇ ਨਾਲ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਦਰਸਲ ਬਿਜਲੀ ਮੁਲਾਜ਼ਮ ਜਦੋਂ ਖੰਭੇ ਦੇ ਉੱਤੇ ਚੜਿਆ ਸੀ ਤਾਂ ਅਚਾਨਕ ਹੀ ਉਸ ਨੂੰ ਕਰੰਟ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਉਹ ਜ਼ਮੀਨ ਤੇ ਡਿੱਗਦਾ ਹੈ ਤੇ ਉਸ ਨੂੰ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ। ਤਾਂ ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਕੱਚੇ ਮੁਲਾਜ਼ਮ ਦੇ ਤੌਰ ਤੇ ਬਿਜਲੀ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜੋ ਨਾਲ ਦੇ ਸਾਥੀ ਸੀ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪਾਵਰਕੌਮ ਦੀ ਘਟੀਆ ਨੀਤੀ ਦੇ ਕਾਰਨ ਆਏ ਦਿਨ ਜੋ ਕੱਚੇ ਮੁਲਾਜ਼ਮ ਨੇ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਨਾ ਤਾਂ ਪ੍ਰੋਪਰ ਕਿੱਟਾਂ ਦਿੱਤੀਆਂ ਗਈਆਂ ਨੇ ਤੇ ਨਾ ਹੀ ਉਹਨਾਂ ਦੇ ਲਈ ਕੋਈ ਵਧੀਆ ਪੈਕੇਜ ਦਾ ਇੰਤਜ਼ਾਮ ਕੀਤਾ ਗਿਆ, ਜਿਸ ਦੇ ਪਰਿਣਾਮ ਵਜੋਂ ਆਏ ਦਿਨ ਬਿਜਲੀ ਮੁਲਾਜ਼ਮ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਲਗਾਤਾਰ ਆਏ ਦਿਨ ਬਿਜਲੀ ਮੁਲਾਜ਼ਮ ਜੋ ਨੇ ਉਹ ਕਰੰਟ ਦਾ ਸ਼ਿਕਾਰ ਹੋ ਰਹੇ ਨੇ, ਜਿਸ ਦੇ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਨੇ। ਹਾਲਾਂਕਿ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਸਰਕਾਰ ਨੂੰ ਕਿ ਜਲਦ ਤੋਂ ਜਲਦ ਜੋ ਮ੍ਰਿਤਕ ਮੁਲਾਜ਼ਮ ਸੀ ਉਸਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਜੋ ਲਗਾਤਾਰ ਬਿਜਲੀ ਦੇ ਮੁਲਾਜ਼ਮ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਵੀ ਉਚਿਤ ਪ੍ਰਬੰਧ ਕੀਤਾ ਜਾਵੇ, ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਘਟਨਾਵਾਂ ਤੋਂ ਬਚਿਆ ਜਾ ਸਕੇ। ਤਾਂ ਜਗਰਾਉਂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਾਵਰਕੌਮ ਦੇ ਮੁਲਾਜ਼ਮ ਦੇ ਕਰੰਟ ਲੱਗਿਆ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਅੱਜ ਸਾਡੇ ਨਾਲ ਬਹੁਤ ਹੀ ਮਾੜੀ ਘਟਨਾ ਵਾਪਰ ਗਈ, ਦੁਖਦ ਖਬਰ ਆ ਜਿਹੜੀ ਕਿ ਸਾਡਾ ਮਨਦੀਪ ਸਿੰਘ ਸਾਥੀ ਜਿਹੜਾ ਵਾ ਉਹ ਕਰੰਟ ਲਾ ਕੇ ਸ਼ਹੀਦ ਹੋ ਗਿਆ। ਅੱਜ ਪਾਵਰਕੌਮ ਦਾ ਘਟੀਆ ਜਿਹੜਾ ਠੇਕੇਦਾਰੀ ਸਿਸਟਮ ਆ ਉਹਦੀ ਜਿਹੜੀ ਬਲੀ ਇੱਕ ਸਾਡਾ ਸਾਥੀ ਹੋਰ ਚੜ੍ਹ ਗਿਆ। ਇੱਕ ਵਾਲੇ ਅਸੀਂ ਕੱਲ੍ਹ ਸਾਥੀ ਜਿਹੜਾ ਲੁਧਿਆਣੇ ਸੀਗਾ ਉਹਦੀ ਜਿਹੜਾ ਅਸੀਂ ਸੰਸਕਾਰ ਕਰਕੇ ਆਏ ਹਾਂ। ਇੱਕ ਜਿਹੜਾ ਸਾਡਾ ਸਾਥੀ ਜਗਰਾਉਂ ਤੋਂ ਗਿਆ ਸੀ ਗੁਰਦੀਪ ਸਿੰਘ ਉਹਦਾ ਸੰਸਕਾਰ ਕਰਕੇ ਆਏ ਹਾਂ। ਰੋਜ਼ ਜਿਹੜਾ ਇੱਕ ਸਾਡਾ ਦੈਂਤ ਆ ਬਿਜਲੀ ਬੋਰਡ ਬਿਜਲੀ ਦਾ ਉਹ ਸਾਨੂੰ ਜਿਹੜਾ ਰੋਜ਼ ਖਾ ਰਿਹਾ ਵਾ, ਇਹ ਸਾਰਾ ਜਿਹੜਾ ਹੈਗਾ ਵਾ ਪਾਵਰਕੌਮ ਦੀ ਘਟੀਆ ਸਿਸਟਮ ਅਤੇ ਘਟੀਆ ਨੀਤੀ ਕਰਕੇ ਆ। ਇਹ ਮੁਲਾਜ਼ਮ ਸਾਡਾ ਕੱਚਾ ਸੀਗਾ, ਹਲੇ ਇਹਦੇ ਬੱਚੇ ਛੋਟੇ ਛੋਟੇ ਬਾ 10-12 ਸਾਲ ਦੇ ਬੱਚੇ ਆ ਜਿਨ੍ਹਾਂ ਨੂੰ ਇਹ ਪਾਲਣ ਪੋਸ਼ਣ ਕਰਦਾ ਸੀ, ਜਿਹਨੂੰ ਹਲੇ ਉਹਨੂੰ ਵਿਚਾਰੇ ਨੂੰ ਪੱਕਾ ਵੀ ਨਹੀਂ ਕੀਤਾ ਸੀ, ਚਾਹੇ ਪਾਵਰ ਜਿਹੜਾ ਭਗਵੰਤ ਮਾਨ ਜਾਂ ਚੰਨੀ ਸਾਹਿਬ ਜਿਹੜੇ ਕਹਿ ਕੇ ਗਏ ਸੀ ਕਿ ਅਸੀਂ 25,000 ਮੁਲਾਜ਼ਮ ਪੱਕੇ ਕਰਤੇ, ਪਰ ਉਹਨਾਂ ਵਿਚਾਰਿਆਂ ਵਿੱਚ ਪੱਕੇ ਨੂੰ ਤਰਸਦੇ ਤਰਸਦੇ ਸਾਡੇ ਰੋਜ਼ ਜਿਹੜੇ ਨੌਜਵਾਨ ਵੀਰ ਆ ਉਹ ਸ਼ਹੀਦ ਹੁੰਦੇ ਜਾਂਦੇ ਆ, ਪਰ ਪਾਵਰਕੌਮ ਦੀ ਘਟੀਆ ਮੈਨੇਜਮੈਂਟ ਦੇ ਸਿਰ ਦੇ ਉੱਤੇ ਕੋਈ ਜੂ ਨਹੀਂ ਸਰਕਦੀ। ਉਹਨਾਂ ਨੂੰ ਨਾ ਤਾਂ ਕੋਈ ਜੇ ਮੁਲਾਜ਼ਮ ਨਹੀਂ ਦੇ ਕੇ ਦੇ ਸਕਦੇ, ਕੁਛ ਕਰ ਨਹੀਂ ਸਕਦੇ, ਤਾਂ ਘੱਟੋ ਘੱਟ ਸਾਡੇ ਜਿਹੜੇ ਘਰਾਂ ਦੇ ਦੀਵੇ ਆ ਉਹਨਾਂ ਨੂੰ ਜਗਦੇ ਰੱਖਣ ਦੇ ਲਈ ਉਹਨਾਂ ਨੂੰ ਜਿਹੜੇ ਵਧੀਆ ਕਿੱਟਾਂ ਮੁਹੱਈਆ ਕਰਦੇ ਜਿਹੜੇ ਸਾਡੇ ਸਾਥੀ ਰੋਜ਼ ਲਟਕ ਦੇ ਕੇ ਸ਼ਹੀਦ ਹੁੰਦੇ ਆ ਉਹਨਾਂ ਦਾ ਜਿਹੜਾ ਬਚਾਅ ਹੋ ਸਕੇ। ਇੱਥੇ ਠੇਕੇਦਾਰ ਵੀ ਬੈਠਾ ਵਾ, ਉਹਨਾਂ ਨੇ ਸਾਨੂੰ ਤੁਹਾਨੂੰ ਅਸੀਂ ਥੋੜ੍ਹੇ ਦੇਰ ਤੱਕ ਦਸਤਾਨੇ ਵੀ ਦਿਖਾ ਦਿੰਦੇ ਹਾਂ। ਅਸੀਂ ਕਹਿੰਦੇ ਵੀ ਇਹ ਦਸਤਾਨੇ ਲੈ ਕੇ ਠੇਕੇਦਾਰ ਉੱਤੇ ਚੜ੍ਹ ਕੇ ਕੰਮ ਕਰਕੇ ਦਿਖਾ ਦੇਵੇ, ਜੇ ਉਹ ਜਿਉਂਦਾ ਬਚੇ ਅਸੀਂ ਮੰਨ ਲਾਂਗੇ ਕਿ ਜਿਹੜਾ ਸਿਸਟਮ ਇਹਨੇ ਠੇਕੇਦਾਰ ਨੇ ਸਾਨੂੰ ਦਸਤਾਨੇ ਦਿੱਤੇ ਉਹ ਸਹੀ ਆ, ਪਰ ਉਹ ਦਸਤਾਨੇ ਜਿਹੜੇ ਉਹਨਾਂ 'ਚ ਲੀਕੇਜ ਆ ਉਹਨੂੰ ਉਹ ਬੰਦੇ ਪਾ ਕੇ ਜਿਹੜੇ ਕੰਮ ਕਰਨਗੇ ਤਾਂ ਉਹਨਾਂ ਦੀ ਵੀ ਮੌਤ ਹੁੰਦੀ ਆ। ਸੋ ਜਿਹੜਾ ਇਹਦਾ ਸਾਰਾ ਜ਼ਿੰਮੇਦਾਰ ਆ, ਇੱਕ ਤਾਂ ਲੋਕਾਂ ਦਾ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਬੋਝ ਆ, ਜਿਹੜੇ ਲੋਕਾਂ ਨੂੰ ਸਪਲਾਈ ਅਸੀਂ ਦੇਣੀ ਆ, ਸਾਡੇ ਮੁਲਾਜ਼ਮ ਬਹੁਤ ਘੱਟ ਆ। ਤੁਹਾਨੂੰ ਇਹ ਗੱਲ ਦੱਸ ਦਈਏ ਕਿ ਜਗਰਾਉਂ ਦੇ ਵਿੱਚ 3-4 ਲੈਂਡਮੈਨ ਹੀ ਆ ਜਿਹੜੇ ਮਤਲਬ ਜਿਹੜੇ ਪੁਲਾਂ ਦੇ ਉੱਤੇ ਚੜ੍ਹ ਸਕਦੇ ਆ, ਬਾਕੀ ਜਿਹੜਾ ਸਟਾਫ ਆ ਉਹ ਥੱਲੇ ਸੁਪਰਵਿਜਰੀ ਸਟਾਫ ਜਿਹੜਾ ਕੰਮ ਕਰ ਸਕਦਾ ਵਾ, ਪਰ ਸਰਕਾਰ ਜਿਹੜੀ ਇਹਨਾਂ ਦੀ ਪ੍ਰੈਸ਼ਰ ਪਾ ਕੇ ਉਹ ਕੰਮ, ਤੁਹਾਨੂੰ ਪਤਾ ਤੁਸੀਂ ਇਹਦੀ ਕਵਰੇਜ ਕੀਤੀ ਆ ਕਿ ਥੋੜ੍ਹੇ ਦਿਨ ਪਹਿਲਾਂ ਇੱਥੇ ਇੱਕ ਗੁੰਡਾਗਰਦੀ ਵੀ ਕਰਕੇ ਗਏ ਆ। ਕੀ ਮੰਗ ਆ ਆਪਣੀ? ਸਾਡੀ ਮੰਗ ਇਹ ਆ ਕਿ ਜਿਹੜਾ ਰੋਜ਼ ਸਾਡੇ ਮੁੰਡੇ ਨੌਜਵਾਨ ਤੁਰੇ ਜਾਂਦੇ ਆ ਇਹਨਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣ। ਜਿਹੜਾ ਮਨਦੀਪ ਦਾ ਕਤਲ ਹੋਇਆ ਵਾ, ਜਿਹੜੀ ਮਨਦੀਪ ਦੀ ਸ਼ਹੀਦੀ ਹੋਈ ਆ ਉਹ ਕਿਸੇ ਦੀ ਨੈਗਲੀਜੈਂਸੀ ਕਰਕੇ ਵੀ ਹੋਈ ਆ, ਉਹਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਵਾ। ਬਾਕੀ ਜਿਹੜੇ ਪਰਿਵਾਰ ਜੋ ਵੀ ਉਹਦੀ ਮੰਗ ਹੈਗੀ ਆ
ਉਹ ਸਾਰਿਆਂ ਦੇ ਸਾਹਮਣੇ ਉਹਨਾਂ ਦੇ ਆਗੂ ਸਾਹਿਬਾਨ ਆ ਜਿਹੜੇ ਦੱਸ ਦੇਣਗੇ, ਪਰ ਅਸੀਂ ਤਾਂ ਇਹੀ ਗੱਲ ਕਹਿੰਦੇ ਕਿ ਰੋਜ਼ ਸਾਡੇ ਜਿਹੜੇ ਨੌਜਵਾਨ ਵੀਰ ਜਾਂਦੇ ਪਏ ਆ ਉਹਨਾਂ ਨੂੰ ਬਚਾਉਣ ਦੇ ਲਈ ਕੋਈ ਪ੍ਰਬੰਧ ਕਰੋ। ਇਸ ਤਰੀਕੇ ਦੇ ਨਾਲ ਸਾਡੇ ਰੋਜ਼ ਜਿਹੜੀਆਂ ਸ਼ਹਾਦਤਾਂ ਸਾਡੇ ਤੋਂ ਦੇਖੀਆਂ ਨਹੀਂ ਜਾਂਦੀਆਂ, ਸਾਡੇ ਤੋਂ ਰੋਜ਼ ਮੋਢਿਆਂ ਨੂੰ ਅਰਥੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਇੱਕ ਨੌਜਵਾਨਾਂ ਨੂੰ ਨਸ਼ਾ ਦੈਂਤ ਖਾਈ ਜਾਂਦਾ, ਦੂਜਾ ਜਿਹੜੀ ਪਾਵਰਕੌਮ ਦੀ ਘਟੀਆ ਦੈਂਤ ਰੂਪੀ ਮੈਨੇਜਮੈਂਟ ਆ ਉਹਨੇ ਠੇਕੇਦਾਰਾਂ ਨੂੰ ਦੈਂਤ ਬਣਾ ਕੇ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਖਾ ਰਹੀ ਆ ਰੋਜ਼ ਰੋਜ਼। ਇੱਕ ਅੱਜ ਹੋਰ ਸਾਥੀ, ਇੱਕ ਨਾ ਸਾਥੀਆਂ ਨੂੰ ਸ਼ਾਇਦ ਪਤਾ ਨਹੀਂ, ਇੱਕ ਸਾਥੀ ਕੱਲ੍ਹ ਸ਼ਹੀਦ ਹੋ ਗਿਆ, ਇੱਕ ਅੱਜ ਫਿਰ ਲੁਧਿਆਣੇ ਕਰੰਟ ਲੱਗ ਗਿਆ, ਹੁਣੇ ਥੋੜ੍ਹੇ ਚਿਰ ਪਹਿਲਾਂ ਇੱਕ ਸਾਥੀ ਨੂੰ ਲੁਧਿਆਣੇ ਕਰੰਟ ਲੱਗ ਗਿਆ, ਇੱਕ ਸਾਡਾ ਸਾਥੀ ਸ਼ਹੀਦ ਹੋ ਗਿਆ, ਇੱਕ ਕੱਲ੍ਹ ਕਰੰਟ ਲੱਗ ਗਿਆ। ਸੋ ਇਸ ਕਰਕੇ ਸਾਡੀ ਬੇਨਤੀ ਆ ਮੈਨੇਜਮੈਂਟ ਨੂੰ ਕਿ ਇੱਦਾਂ ਸਾਡੇ ਮੁਲਾਜ਼ਮ ਦੈਂਤੇ ਨਾ ਖਾ, ਦੈਂਤ ਮੈਨੇਜਮੈਂਟ ਨਾ ਖਾ, ਇਹ ਠੇਕੇਦਾਰ ਦੈਂਤ ਤੋਂ ਸਾਨੂੰ ਬਚਾ ਲਓ, ਸਾਡੇ ਘਰਾਂ ਦੇ ਚੁੱਲ੍ਹੇ ਜਗਦੇ ਰੱਖ ਲਓ, ਇਹੀ ਸਾਡੀ ਉਮੀਦ ਆ। ਅਸੀਂ ਪੈਸਿਆਂ ਨਾਲ ਨਹੀਂ ਕਿ ਸਾਡੇ ਪੈਸੇ ਤੁਸੀਂ ਦੇਈ ਜਾਂਦੇ ਹੋ, ਲੈ ਲੈਣੇ ਉਹ ਤਾਂ ਹੱਕ, ਜਿਹੜਾ ਸਾਡਾ ਹੱਕ ਆ ਲੈ ਲਾਂਗੇ, ਪਰ ਜਿਹੜੇ ਸਾਡੇ ਘਰ ਦੇ ਚੁੱਲ੍ਹੇ ਆ ਜਿਹੜੇ ਹੋਰ ਆ, ਨਹੀਂ ਤਾਂ ਸਾਡੇ ਟੀ ਸ਼ਰਟਾਂ ਪਵਾ ਕੇ ਸਾਨੂੰ ਕਹਿ ਦਿਓ ਵੀ ਕੱਲ੍ਹ ਨੂੰ ਤੇਰੀ ਵਾਰੀ ਆ, ਕੱਲ੍ਹ ਨੂੰ ਤੇਰੀ ਵਾਰੀ ਆ, ਤੂੰ ਮਰਨਾ ਪਰਸੋਂ ਨੂੰ ਤੂੰ ਮਰਨਾ, ਸਾਨੂੰ ਪਤਾ ਤਾਂ ਹੋਊਗਾ ਅਸੀਂ ਮਰਨਾ ਵਾ। ਸੋ ਅਸੀਂ ਇਹ ਮੈਨੇਜਮੈਂਟ ਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਹੱਥ ਬੰਨ ਕੇ ਸਾਡੇ ਘਰਾਂ ਦੇ ਚੁੱਲ੍ਹੇ ਬਚਾ ਲਓ। ਠੀਕ ਹੈ ਸਰ। ਹਾਂਜੀ, ਤੁਸੀਂ ਇੱਥੇ ਸੀ ਐੱਚ ਵੀ ਨਾਂ 'ਤੇ ਸਾਨੂੰ ਇੱਥੇ ਭਰਤੀ ਕੀਤਾ ਹੋਇਆ ਇਹਨਾਂ ਨੇ, ਪਰ ਜਿਹੜੇ ਸਾਡੇ ਬੰਦੇ ਆ ਜੀ ਉਹ ਸਾਰੇ ਹੀ ਵਧੀਆ ਹੋਣਹਾਰ ਬੰਦੇ ਆ, ਕੰਮ ਵਾਲੇ ਨੇ ਵਧੀਆ, ਸਾਰੀ ਨੌਲੇਜ ਆ, ਸਰਕਾਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ, ਕੰਪਨੀਆਂ ਦੇ ਰਾਹੀਂ ਸਭ ਤੋਂ ਕੰਮ ਲਿਆ ਜਾਂਦਾ ਵਾ, ਉਹੀ ਕੰਮ ਸਰਕਾਰੀ ਬੰਦੇ ਕਰਦੇ, ਉਹੀ ਅਸੀਂ ਕਰਦੇ ਹਾਂ। ਮੁਲਾਜ਼ਮ ਨਾਲ ਜੇ ਕੋਈ ਦੁਰਘਟਨਾ ਹੁੰਦੀ, ਅਸੀਂ ਨਹੀਂ ਕਹਿੰਦੇ ਕਿਸੇ ਨਾਲ ਹੋਵੇ, ਜਿਨ੍ਹਾਂ ਨਾਲ ਹੁੰਦੀ ਆ ਉਹਨਾਂ ਦੀ ਚਲੋ ਕੋਈ ਨਾ ਕੋਈ ਸੁਣਵਾਈ ਵੀ ਹੋ ਜਾਂਦੀ ਆ, ਪਰ ਜਿਹੜੇ ਆ ਸਾਡੇ ਸਾਥੀ ਬੈਠੇ ਆ ਇਹਨਾਂ ਨਾਲ ਲਗਾਤਾਰ ਘਟਨਾ ਹੋ ਰਹੀਆਂ ਨੇ, ਲਗਾਤਾਰ ਜਿਵੇਂ ਇਹਨਾਂ ਨੇ ਕਹਿ ਦਈਏ ਵੀ ਸਰਕਾਰ ਕਹਿੰਦੇ ਪੱਕੇ ਕਰਨ ਵਾਲੀ, ਜਿਵੇਂ ਇਹਨਾਂ ਨੇ ਸਾਡੀਆਂ ਲਾਸ਼ਾਂ ਦੀ ਭਰਤੀ ਖੋਲ੍ਹ ਰੱਖੀ ਹੋਵੇ, ਉਹ ਸਿਸਟਮ ਬਣਾਇਆ, ਸਾਨੂੰ ਪਤਾ ਨਹੀਂ ਸੀ ਸਾਨੂੰ ਇਸ ਤਰ੍ਹਾਂ ਸਾਡੀ ਭਰਤੀ ਹੋਣੀ ਆ। ਰੋਜ਼ ਸਾਡਾ ਬੰਦਾ ਮਰਦਾ ਵਾ, ਸਾਨੂੰ ਬਹੁਤ ਦੁੱਖ ਹੁੰਦਾ, ਚੰਗੇ ਨਹੀਂ ਲੱਗਦੇ ਰੋਜ਼ ਇੱਥੇ ਬੈਠਦੇ, ਅਸੀਂ ਜਵਾਕ ਰੋਲ ਜਾਂਦੇ ਵਿੱਚ ਸਾਡੇ ਇਹੋ ਜਿਹੇ ਵੀਰ ਆ, ਇਹਦੇ ਵੀ ਬੱਚੇ ਨੇ ਛੋਟੇ ਛੋਟੇ ਬਾਈ ਦੇ ਜਿਹੜਾ ਅੱਜ ਸਾਡੇ ਨਾਲੋਂ ਵਿਛੜ ਗਿਆ ਵਾ। ਕਿੰਨੀ ਵਾਰੀ ਕਿਹਾ ਪਰ ਕੋਈ ਸੁਣਵਾਈ ਨਹੀਂ ਹੁੰਦੀ? ਕੋਈ ਸੁਣਵਾਈ ਨਹੀਂ ਹੁੰਦੀ ਜੀ, ਕੋਈ ਸੁਣਵਾਈ ਨਹੀਂ ਹੈਗੀ, ਬਸ ਮੁਲਾਜ਼ਮ ਬਹੁਤ ਘੱਟ ਨੇ, ਪ੍ਰਾਈਵੇਟ ਤੌਰ 'ਤੇ ਕੰਮ ਲਿਆ ਜਾ ਰਿਹਾ ਵਾ, ਸਰਕਾਰੀ ਮੁਲਾਜ਼ਮ ਬਹੁਤ ਘੱਟ ਆ, ਨਾ ਕੋਈ ਰੈਗੂਲਰ ਕੀਤਾ ਜਾਂਦਾ ਵਾ, ਨਾ ਕੋਈ ਬਣਦੀ ਇਹਨਾਂ ਦਾ ਜਿਹੜਾ ਵੀ ਮੁੱਲ ਵਾ, ਜਿਹੜੀ ਸੈਲਰੀ ਆ ਉਹ ਮਿਲ ਰਹੀ ਆ, ਹੁਣ ਕੀ ਮੰਗਾਂ ਆਪਣੀਆਂ? ਮੰਗਾਂ ਇਹ ਵੀ ਜਿਹੜਾ ਸਾਥੀ ਅੱਜ ਸਾਡਾ ਜਿਹੜਾ ਵਾ ਇਹ ਉਹਦਾ ਸਰਕਾਰ ਹੋ ਗਿਆ ਵਾ, ਇਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ, ਬਾਕੀ ਜਿਹੜੇ ਸਾਡੇ ਜਥੇਬੰਦੀ ਸਾਨੂੰ ਜਿਵੇਂ ਕਹੂਗੀ ਉਹਨਾਂ ਦੇ ਫੈਸਲੇ 'ਤੇ ਅਸੀਂ ਨਾਲ ਚੱਲਾਂਗੇ। ਠੀਕ।